ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਅਪਡੇਟ ਲੈ ਕੇ ਆਏ ਅਧਿਨ ਸੇਵਾਮਾਂ ਜਨ ਬੋਰਡ ਵੱਲੋਂ ਇੱਕ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਇਹ ਸੂਚਨਾ ਜਾਰੀ ਕੀਤੀ ਗਈ ਹੈ ਇਸ਼ਤਿਹਾਰ ਨੰਬਰ 8/2021 ਜਿਦੇ ਵਿੱਚ ਜੇਲ ਵਾਰਡਰ ਤੇ ਜੇਲ ਮੈਟਰਨ ਦੀਆਂ ਪੋਸਟਾਂ ਸੀਗੀਆਂ ਉਦੇਸ ਸੰਬੰਧੀ ਵੱਖ-ਵੱਖ ਕੈਟਾਗਰੀਜ਼ ਦੀ ਕਾਉਂਸਲਿੰਗ ਜਿਹੜੀ 16 ਮਈ, 17 ਮਈ, 24 ਮਈ, 30 ਮਈ ਤੇ ਫਿਰ 1 ਜੂਨ ਨੂੰ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਕੈਟਾਗਰੀ ਹੈ ਜਿਹਦੇ ਵਿੱਚ ਦੁਬਾਰਾ ਉਹਨਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾ ਰਿਹਾ ਤਾਂ ਉਹ ਕੈਟਾਗਰੀ ਹੈ ਜੀ ਐਕਸ ਸਰਵਿਸਮੈਨ ਜਨਰਲ 셀ਫ ਦੇ ਕੈਂਡੀਡੇਟਸ ਯਾਨੀ ਕਿ ਸਾਬਕਾ ਫੌਜੀ ਜਨਰਲ ਖੁਦ ਦੇ ਕੈਂਡੀਡੇਟ ਨੇ ਜਿਹੜੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਤੇ ਦੁਬਾਰਾ ਨਹੀਂ ਆਪਾਂ ਕਹਿ ਸਕਦੇ ਇਹ ਆਪਾਂ ਕਹਿ ਸਕਦੇ ਆ ਵੀ ਇਹਨਾਂ ਨੂੰ 437.38032 ਮਾਰਕਸ ਤੱਕ ਜਿਨ੍ਹਾਂ ਦੇ ਮਾਰਕਸ ਹੈਗੇ ਆ ਠੀਕ ਆ ਨਾਰਮਲਾਈਜ਼ ਕਰਨ ਉਪਰੰਤ ਤਾਂ ਉਹਨਾਂ ਨੂੰ ਬੁਲਾਇਆ ਜਾ ਰਿਹਾ ਤੇ ਇਹਨਾਂ ਨੂੰ ਬੁਲਾਇਆ ਜਾ ਰਿਹਾ 15 ਜੂਨ 2022 ਦਿਨ ਬੁੱਧਵਾਰ ਸਵੇਰੇ 10 ਵਜੇ ਦਫਤਰ ਅਧਿੰ ਸਵਾਮਾ ਚੌਂ ਬੋਰਡ ਪੰਜਾਬ ਵਣ ਭਵਨ ਸੈਕਟਰ 68 ਮੁਹਾਲੀ ਵਿਖੇ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਉਕਤ ਸਾਰਣੀ ਵਿੱਚ ਦਰਜ ਜਿਨ੍ਹਾਂ ਵੱਧ ਮੈਰਿਟ ਵਾਲੇ ਉਮੀਦਵਾਰਾਂ ਦੀ ਕਾਉਂਸਲਿੰਗ ਪਹਿਲਾਂ ਹੀ ਹੋ ਚੁੱਕੀ ਆ ਜਾਂ ਗੈਰਹਾਜ਼ਰ ਰਹੇ ਹਨ ਉਹਨਾਂ ਉਮੀਦਵਾਰਾਂ ਨੂੰ ਮੁੜ ਇਸ ਕਾਉਂਸਲਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਇਸੀ ਦਾ ਵੀ ਧਿਆਨ ਰੱਖਣਾ ਤੇ ਬਾਕੀ ਦੀਆਂ ਜਿਹੜੀਆਂ ਹਦਾਇਤਾਂ ਨੇ ਉਹ 10 5 2022 ਦਾ ਜਿਹੜਾ ਇਹਨਾਂ ਦਾ ਨੋਟਿਸ ਆ ਉਹਦੇ ਅਕੋਰਡਿੰਗ ਹੀ ਰਹਿਣਗੀਆਂ ਤੇ ਅੱਗੇ ਇਹਨਾਂ ਨੇ ਲਿਖਿਆ ਕਿ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਏਗਾ ਠੀਕ ਹੈ ਤੇ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਨ੍ਹਾਂ ਦੇ ਮਾਰਕਸ ਐਕਸ ਸਰਵਿਸਮੈਨ ਜਨਰਲ ਕੈਟਾਗਰੀ 셀ਫ ਦੇ ਕੈਂਡੀਡੇਟ ਨੇ ਤੇ ਸਿਰਫ ਮੇਲ ਕੈਂਡੀਡੇਟ ਨੇ ਠੀਕ ਹੈ ਕਿਉਂਕਿ ਇੱਥੇ ਲਿਖਿਆ ਇਹਨਾਂ ਨੇ ਪੁਰਖ ਉਮੀਦਵਾਰ ਤਾਂ ਸਿਰਫ ਮੇਲ ਕੈਂਡੀਡੇਟ ਨੇ ਜਾਣਾ ਜਿਨ੍ਹਾਂ ਦੇ ਮਾਰਕਸ 437.38032 ਤੱਕ ਨੇ ਠੀਕ ਹੈ ਜੀ ਤੇ ਜਿਨ੍ਹਾਂ ਦੇ ਹਾਇਰ ਮਾਰਕਸ ਨੇ ਜਾਂ ਜਿਨ੍ਹਾਂ ਦੀ ਕਾਉਂਸਲਿੰਗ ਹੋ ਚੁੱਕੀ ਆ ਉਹਨਾਂ ਨੂੰ ਦੁਬਾਰਾ ਜਾਣ ਦੀ ਲੋੜ ਨਹੀਂ ਆ ਤੇ ਜਿਨ੍ਹਾਂ ਦੇ ਮਾਰਕਸ ਇਸ ਜਿਹੜੀ ਕੱਟਆਫ ਤੱਕ ਹੈ ਉਹਨਾਂ ਨੇ ਜਾਣਾ ਤੇ ਬਾਕੀ ਦੀਆਂ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਚ ਆ ਧੰਨਵਾਦ ਦੋਸਤੋ ਸਾਸਿਕ